ਨਾਲ ਜੁੜੀ ਹੋਈ ਆ ਰਹੀ ਹੈ। ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਇੱਕ ਵੱਡੀ ਮੀਟਿੰਗ ਚੱਲ ਰਹੀ ਹੈ, ਕਈ ਮੰਤਰੀ ਅਤੇ ਐਮਐਲਏਸ ਦੇ ਵਿੱਚ ਮੌਜੂਦ ਨੇ। ਇਹ ਤਾਂ ਪਹਿਲਾਂ ਹੀ ਸਾਫ਼ ਹੈ ਕਿ ਕਾਂਗਰਸ ਦੇ ਵਿੱਚ ਹਾਲੇ ਵੀ ਸਭ ਕੁਝ ਠੀਕ ਨਹੀਂ ਹੈ। ਇਸੇ ਵਿਚਕਾਰ ਕੀ ਇਸ ਪਾਰਟੀ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ, ਸਵਾਲ ਲਗਾਤਾਰ ਬਣਿਆ ਹੋਇਆ ਹੈ। ਤੇ ਅੱਜ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਇੱਕ ਅਹਿਮ ਮੀਟਿੰਗ ਚੱਲਦੀ ਪਈ ਹੈ, ਮੇਲਾ ਲੱਗਿਆ ਹੋਇਆ ਹੈ ਮੰਤਰੀਆਂ ਤੇ ਐਮਐਲਏਸ ਦਾ। ਮੰਤਰੀ ਸੁਖਜਿੰਦਰ ਰੰਧਾਵਾ ਇੱਥੇ ਪਹੁੰਚੇ ਹੋਏ ਨੇ, ਮੰਤਰੀ ਚਰਨਜੀਤ ਚੰਨੀ ਇੱਥੇ ਪਹੁੰਚੇ ਹੋਏ ਨੇ, ਤੇ 19 ਦੇ ਕਰੀਬ ਐਮਐਲਏ ਇੱਥੇ ਮੌਜੂਦ ਨੇ ਜੋ ਤ੍ਰਿਪਤ ਬਾਜਵਾ ਘਰ ਦੇ ਇਹਨਾਂ ਦੇ ਘਰ ਦੇ ਵਿੱਚ ਮੀਟਿੰਗ ਦੇ ਵਾਸਤੇ ਪਹੁੰਚੇ ਨੇ। ਕਿਹੜੇ ਕਿਹੜੇ ਐਮਐਲਏ ਆ ਤੁਹਾਨੂੰ ਉਹ ਦੱਸ ਦਿੰਦੇ ਹਾਂ। ਕੁਲਦੀਪ ਸਿੰਘ ਵੈਦ, ਸੁਰਜੀਤ ਧੀਮਾਨ, ਅਮਰਿੰਦਰ ਰਾਜਾ ਵੜਿੰਗ, ਅਵਤਾਰ ਸਿੰਘ ਹੈਨਰੀ ਜੂਨੀਅਰ, ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਇਹ ਉਹ ਐਮਐਲਏ ਨੇ ਜੋ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਪਹੁੰਚੇ ਹੋਏ ਨੇ, ਇਸ ਵੱਡੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਇਹਦੇ ਨਾਲ ਨਾਲ ਮਦਨ ਲਾਲ ਜਲਾਲਪੁਰ, ਗੁਰਕੀਰਤ ਕੋਟਲੀ, ਲਖਵੀਰ ਸਿੰਘ ਲੱਖਾ, ਦਵਿੰਦਰ ਘੁਬਾਇਆ, ਪ੍ਰੀਤਮ ਸਿੰਘ ਕੋਟ ਭਾਈ, ਕੁਲਬੀਰ ਜੀਰਾ, ਦਰਸ਼ਨ ਬਰਾੜ, ਦਲਵੀਰ ਸਿੰਘ ਗੋਲਡੀ, ਪ੍ਰਗਟ ਸਿੰਘ, ਰਣਦੀਪ ਸਿੰਘ, ਅੰਗਦ ਸਿੰਘ, ਇਹ ਮੌਜੂਦਾ ਵਿਧਾਇਕ ਨੇ। ਇਹਦੇ ਨਾਲ ਨਾਲ ਐਕਸ ਐਮਐਲਏ ਅਜੀਤ ਇੰਦਰ ਸਿੰਘ ਅਤੇ ਨੱਥੂ ਰਾਮ ਵੀ ਨੇ, ਅਤੇ ਇਹਦੇ ਨਾਲ ਨਾਲ ਕਈ ਹੋਰ ਕਾਂਗਰਸ ਦੇ ਸੀਨੀਅਰ ਅਤੇ ਵੱਡੇ ਲੀਡਰ ਨੇ ਜੋ ਤ੍ਰਿਪਤ ਬਾਜਵਾ ਦੇ ਘਰ ਪਹੁੰਚੇ ਹੋਏ ਨੇ। ਥੋੜ੍ਹੀ ਦੇਰ ਪਹਿਲਾਂ ਹੀ ਇੱਥੇ ਇਹ ਮੀਟਿੰਗ ਸ਼ੁਰੂ ਹੋਈ ਹੈ, ਜਮਾਵੜਾ ਲੱਗਿਆ ਹੋਇਆ ਹੈ ਮੰਤਰੀਆਂ ਅਤੇ ਐਮਐਲਏ ਦਾ ਅੱਜ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਦੇ ਵਿੱਚ। ਹੋਰ ਜਾਣਕਾਰੀ ਲਈ ਮੇਰੇ ਸਹਿਯੋਗੀ ਦਿਨੇਸ਼ ਗੋਇਲ ਫੋਨ ਲਾਈਨ 'ਤੇ ਮੌਜੂਦ ਨੇ। ਦਿਨੇਸ਼, ਇਹ ਮੀਟਿੰਗ ਚੱਲਦੀ ਪਈ ਹੈ, ਕੁਝ ਨਿਕਲ ਕੇ ਬਾਹਰ ਸਾਹਮਣੇ ਆਇਆ ਹੈ ਕਿ ਕਿਸ ਲਈ ਇਹ ਮੀਟਿੰਗ ਰੱਖੀ ਗਈ ਹੈ, ਕੀ ਏਜੰਡਾ ਹੈ ਇਹਨਾਂ ਦਾ? ਜੀ, ਇਹ ਜਿਹੜੀ ਮੀਟਿੰਗ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਰੈਜੀਡੈਂਸ ਤੇ ਹੋ ਰਹੀ ਆ, ਔਰ ਕਈ ਕੈਬਨਿਟ ਮਿਨਿਸਟਰ ਔਰ ਪੰਜਾਬ ਦੇ ਕਈ ਵਿਧਾਇਕ ਜਿਹੜੇ ਆ ਇਸ ਮੀਟਿੰਗ ਚ ਸ਼ਾਮਿਲ ਹੋ ਰਹੇ ਨੇ। ਦੱਸਿਆ ਇਹ ਜਾ ਰਿਹਾ, ਜੋ ਸੂਤਰਾਂ ਵੱਲੋਂ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਪਿਛਲੇ ਦਿਨੋਂ ਕਹਿੰਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਜਿੰਨੇ ਖਾਸ ਬੰਦੇ ਸੀ ਜਿਹੜੇ ਅਹਿਮ ਪੋਸਟਾਂ ਤੇ ਲੱਗੇ ਹੋਏ ਸੀ, ਉਹਨਾਂ ਨੂੰ ਸਾਈਡਲਾਈਨ ਕੀਤਾ ਗਿਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਜਿਹੜੇ ਆ ਕਹਿੰਦੇ ਪਰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਕੈਪਟਨ ਅਮਰਿੰਦਰ ਵੱਲੋਂ, ਜਿਸਦੇ ਉਸਦੇ ਬਿਹਾਰ ਦੇ ਵਿੱਚ ਇਹ ਜਿਹੜੀ ਆ ਅੱਜ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ। ਇਸ ਮੀਟਿੰਗ 'ਚ ਕੀ ਨਿਕਲ ਕੇ ਆਉਂਦਾ ਇਹ ਥੋੜ੍ਹੀ ਦੇਰ ਤੱਕ ਸਾਹਮਣੇ ਆਏਗਾ। ਜੀ ਬਿਲਕੁਲ, ਕਿਹੜੇ ਕਿਹੜੇ ਐਮਐਲਏ ਹੁਣ ਤੱਕ ਇਸ ਮੀਟਿੰਗ 'ਚ ਸ਼ਾਮਿਲ ਹੋ ਚੁੱਕੇ ਨੇ ਉਹ ਦੱਸ ਦਿਓ ਇੱਕ ਵਾਰ, ਕਿਤੇ ਕਿਹੜੇ ਕਿਹੜੇ ਮੰਤਰੀ ਮੌਜੂਦ ਨੇ ਅੰਦਰ? ਜੀ ਜੀ, ਬਾਜਵਾ ਸਾਹਿਬ ਦੇ ਘਰੇ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਐਮਐਲਏ ਆ, ਕੁਲਦੀਪ ਸਿੰਘ ਬੈਲ, ਸੁਰਜੀਤ ਸਿੰਘ ਧੀਮਾਨ, ਅਮਰਿੰਦਰ ਸਿੰਘ ਰਾਜਾ ਬਣਿੰਗ, ਅਵਤਾਰ ਸਿੰਘ ਹੈਨਰੀ, ਹਰਜੋਤ ਕਮਲ, ਅਮਰੀਕ ਸਿੰਘ, ਸੰਤੋਖ ਸਿੰਘ, ਪਰਮਿੰਦਰ ਸਿੰਘ ਪਿੰਕੀ, ਮਦਨ ਲਾਲ ਜਲਾਲਪੁਰ, ਗੁਰਕਿਰਤ ਸਿੰਘ ਕੋਟਲੀ, ਲਖਵੀਰ ਸਿੰਘ ਲੱਖਾ, ਦਵਿੰਦਰ ਘੁਬਰਾਇਆ, ਪ੍ਰੀਤਮ, ਕਾਫੀ ਆ। ਮਤਲਬ ਕਿ ਆਪਾਂ ਕਹਿ ਦਈਏ ਇੱਕ ਦਰਜਨ ਤੋਂ ਵੱਧ ਜਿਹੜੇ ਐਮਐਲਏ ਆ ਇਸ ਸਮੇਂ ਕੋਠੀ ਚ ਮੌਜੂਦ ਉਪਸਥਿਤ ਹੈਗੇ ਆ, ਤੇ ਆਪਸ ਚ ਜਿਹੜੀ ਇਹਨਾਂ ਦੀ ਮੀਟਿੰਗ ਚੱਲ ਰਹੀ ਆ। ਬਿਲਕੁਲ, ਇਸ ਨਾਲ ਜੁੜਨ ਵਾਲੀ ਗੱਲ ਆ ਕਿ ਤੁਹਾਨੂੰ ਯਾਦ ਹੋਣਾ ਅਜਿਹੀਆਂ ਮੀਟਿੰਗਾਂ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨਾ ਸੀ ਉਸ ਤੋਂ ਪਹਿਲਾਂ ਵੀ ਅਜਿਹੀਆਂ ਮੀਟਿੰਗਾਂ ਚੱਲਦੀਆਂ ਸੀਗੀਆਂ, ਉਹ ਇੱਕ ਵਾਰੀ ਫੇਰ ਉਸਦੀ ਸ਼ੁਰੂਆਤ ਇਹਨੂੰ ਮੰਨਿਆ ਜਾ ਸਕਦਾ। ਬਿਲਕੁਲ ਬਿਲਕੁਲ, ਜਾਣਕਾਰੀ ਲਈ ਧੰਨਵਾਦ। ਸੋ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲਣਾ ਸੀ ਉਸ ਤੋਂ ਪਹਿਲਾਂ ਜਦੋਂ ਨਾਰਾਜ਼ਗੀ ਸੀ ਸੀਐਮ ਕੈਪਟਨ ਦੇ ਨਾਲ, ਆਹਮੋ ਸਾਹਮਣੇ ਦੀ ਹਾਲਤ ਦੇ ਵਿੱਚ ਸਨ ਨਵਜੋਤ ਸਿੱਧੂ ਤੇ ਸੀਐਮ ਕੈਪਟਨ, ਤਾਂ ਉਦੋਂ ਵੀ ਕਾਂਗਰਸ ਪਾਰਟੀ ਦੇ ਵਿੱਚ ਅਜਿਹੀਆਂ ਮੀਟਿੰਗਾਂ ਹੁੰਦੀਆਂ ਸਨ। ਚੰਡੀਗੜ੍ਹ ਦੇ ਵਿੱਚ ਸਿੱਧੂ ਗੁਪਤ ਮੀਟਿੰਗਾਂ ਵੀ ਕਰਦੇ ਸੀ, ਅਤੇ ਜੋ ਦੋ ਹਿੱਸਿਆਂ 'ਚ ਵੰਡੀ ਗਈ ਸੀ ਕਾਂਗਰਸ ਪਾਰਟੀ, ਤਾਂ ਉਦੋਂ ਦੋਵੇਂ ਹਿੱਸਿਆਂ ਦੇ ਵੱਲੋਂ ਅਜਿਹੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ, ਤਾਂ ਮੁੜ ਹਾਈਕਮਾਨ ਨੇ ਵਿੱਚ ਆ ਕੇ ਇੰਟਰਫੇਅਰ ਕੀਤਾ, ਅਹੁਦੇਦਾਰ ਬਦਲ ਦਿੱਤੇ ਗਏ, ਪੰਜਾਬ ਕਾਂਗਰਸ ਦੇ ਪ੍ਰਧਾਨ ਲਗਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ, ਲੇਕਿਨ ਉਸਦੇ ਬਾਵਜੂਦ ਵੀ ਸਭ ਕੁਝ ਠੀਕ ਨਹੀਂ ਹੋਇਆ ਕਾਂਗਰਸ ਦੇ ਵਿੱਚ। ਅਤੇ ਹੁਣ ਅੱਜ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਕਿ ਉਹਨਾਂ ਦੇ ਕੁਝ ਨਜ਼ਦੀਕੀਆਂ ਨੂੰ ਜੋ ਹੈ ਸਾਈਡਲਾਈਨ ਕੀਤਾ ਜਾ ਰਿਹਾ, ਇਸੇ ਤੋਂ ਨਾਰਾਜ਼ ਨੇ ਤ੍ਰਿਪਤ ਰਜਿੰਦਰ ਬਾਜਵਾ, ਅਤੇ ਅੱਜ ਇਹ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ ਜਿਹਦੇ ਵਿੱਚ ਮੰਤਰੀ ਸੁਖਜਿੰਦਰ ਰੰਧਾਵਾ, ਜੋ ਪਹਿਲਾਂ ਹੀ ਸੀਐਮ ਕੈਪਟਨ ਦੇ ਨਾਲ ਕਈ ਵਾਰ ਆਹਮੋ ਸਾਹਮਣੇ ਦਿਖਾਈ ਦਿੱਤੇ ਨੇ, ਸਵਾਲ ਉਹਨਾਂ ਨੇ ਹੀ ਚੁੱਕੇ ਸਨ ਸਭ ਤੋਂ ਪਹਿਲਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ, ਜਦੋਂ ਵੱਡੇ ਕਲੇਸ਼ ਦੀ ਸ਼ੁਰੂਆਤ ਹੋਈ ਸੀ ਕੈਬਨਿਟ ਮੀਟਿੰਗ ਦੇ ਵਿੱਚ, ਰੰਧਾਵਾ ਨੇ ਹੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ, ਤਾਂ ਹਾਲੇ ਵੀ ਜੋ ਰੰਧਾਵਾ ਨੇ ਉਹ ਸੀਐਮ ਕੈਪਟਨ 'ਤੇ ਸਵਾਲ ਚੁੱਕੇ ਸਨ। ਕੁਝ ਦਿਨ ਪਹਿਲਾਂ ਵੀ ਉਹਨਾਂ ਨੇ ਸੀਐਮ ਕੈਪਟਨ ਨੇ ਉਹਨਾਂ ਨੂੰ ਨਸੀਹਤ ਵੀ ਦਿੱਤੀ ਸੀਗੀ, ਅਤੇ ਉਹੀ ਰੰਧਾਵਾ ਅੱਜ ਤ੍ਰਿਪਤਰਿੰਦਰ ਬਾਜਵਾ ਦੇ ਘਰ ਪਹੁੰਚੇ ਨੇ, ਮੰਤਰੀ ਚੰਨੀ ਵੀ ਪਹੁੰਚੇ ਹੋਏ ਨੇ, ਜੋ ਐਮਐਲਏ ਸਿੱਧੂ ਵਾਲੇ ਪਾਸੇ ਦੇ ਕਿਹਾ ਜਾਂਦਾ ਉਹਨਾਂ ਨੂੰ, ਕੁਲਬੀਰ ਜੀਰਾ ਹੁਣ, ਰਾਜਾ ਵੜਿੰਗ ਹੁਣ, ਉਹ ਵੀ ਇੱਥੇ ਮੌਜੂਦ ਨੇ। 19 ਦੇ ਕਰੀਬ ਇਹ ਐਮਐਲਏ ਨੇ, ਕੁਝ ਐਕਸ ਐਮਐਲਏ ਅਤੇ ਕੁਝ ਸੀਨੀਅਰ ਲੀਡਰ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਕੋਈ ਨਵੀਂ ਬਗਾਵਤ ਦੀ ਸ਼ੁਰੂਆਤ ਵੀ ਹੋ ਸਕਦੀ ਹੈ,
विधानसभा चोणां बिल्कुल नज़दीक ने, उस तो पहला कांग्रेस पार्टी दे विच सब कुछ ठीक नहीं हो रहा है। तमाम कोशिशों के बावजूद आपसी फुट लगातार सामने आ रही है। पहला सिद्धू ने आमो सामने हो गए, खुल के बगावत की, सिद्धू नूं कांग्रेस का प्रधान लगाया गया, लेकिन उसके बावजूद भी सब कुछ ठीक नहीं हो रहा। तो हुण मन्या जा रहा है कि जिहड़ी अज मीटिंग हो रही है ये किसी नवी बगावत की शुरुआत हो सकती है, सीएम कैप्टन के वास्ते नवी मुसीबत खड़ी हो सकती है, कांग्रेस की सरकार के वास्ते, कांग्रेस पार्टी के वास्ते ये कोई नवी मुसीबत, नवी चिंता वधाउण वाली गल इतों निकल के सामने आ सकती है। जो एमरजेंसी मीटिंग बुलाई गई है, फिर तो दस दिए कि चंडीगढ़ के मंत्री तृप्त रजिंदर बाजवा का घर है जिथे ये मीटिंग की जा रही है। MLA ते मंत्रियों का मेला लग्या होया है। इत्थे मंत्री चन्नी रंधावा इत्थे मौजूद ने, सीनियर लीडर कई MLA इत्थे मौजूद ने। की गलबात हो रही हो तां हले पता नहीं लग सकिया, लेकिन मन्या जा रहा है कि नाराज़ ने तृप्त रजिंदर बाजवा, तो इस दे चलदियां ये मीटिंग बुलाई गई है। इस वड्डी खबर की हर अपडेट तुहाडे तक पहुँचाते रहेंगे। जुड़े रहो दैनिक सवेरा TV के नाल।